ਵਿਆਹਣ ਤੋਂ ਬਾਅਦ ਕਦੀ ਇੱਦਾਂ ਦਾ ਫੀਲ ਹੁੰਦਾ ਯਾਰ ਇੱਦਾਂ ਦਾ ਚੰਗਾ ਛੜੀ ਚੰਗੀ ਸੀ? ਨਹੀਂ, ਬਹੁਤ ਵਾਰ ਹੁੰਦਾ ਜੀ ਹਰੇਕ ਬੰਦੇ ਨੂੰ ਕਿ ਥੋੜ੍ਹਾ ਜਿਹਾ ਹੋਰ ਰੁਕ ਲੈਂਦੇ ਸ਼ਾਇਦ ਹੋਰ ਵਧੀਆ ਹੋ ਜਾਂਦਾ। ਛੜੇ ਵਾਲੀ ਲਾਈਫ ਮੈਂ ਭਾਅ ਜੀ ਬੈਸਟ ਬਿਆਨ ਕਰ ਸਕਦਾ। ਜੀ ਜੀ ਜੀ, ਇਹ ਲਾਈਫ ਬਹੁਤ ਘੈਂਟ ਆ, ਬਹੁਤ ਨਜ਼ਾਰੇਦਾਰ ਆ। ਬਟ ਲੋਕ ਫਿਲਮਾਂ 'ਚ ਵਿਆਹ ਵਾਲੀ ਜ਼ਿੰਦਗੀ ਯੂਜ਼ ਕਰਦੇ ਨੇ, ਬਾਈ ਆਪਣੀ ਰੀਲਾਂ 'ਚ ਵੀ ਚੱਕੀ ਦਿੰਦਾ ਕੰਮਦਾਰ ਬਾਈ ਪੂਰਾ। ਰੀਲਾਂ ਵਾਲੇ ਵਿਆਹ ਵੀ ਆਪਾਂ ਗਿਣ ਲਈਏ, ਫਿਲਮਾਂ ਵਾਲੇ ਗਿਣ ਲਈਏ, ਤਾਂ ਮੇਰੇ ਫਿਰ ਨੀਅਰ 100+ ਸੈਂਚਰੀ ਕ੍ਰੋਸ ਹੋ ਗਈ ਵੀ ਵਿਆਹ, ਅਤੇ 100 ਕੀ ਜਿਹੜੀ ਗਰਲਫ੍ਰੈਂਡ ਨਾਲ ਰਿਲੇਟ ਉਹ ਬਣਾਈਆਂ ਨੇ ਵੀਡੀਓ ਉਹ, ਅਤੇ 100 ਕੁ ਵਿਆਹ, ਅਤੇ ਅਸਲੀ ਜ਼ਿੰਦਗੀ 'ਚ ਕੱਖ ਵੀ ਨਹੀਂ। ਅਸਲੀ ਜ਼ਿੰਦਗੀ ਮੈਂ ਛੜਾ ਛਾਣ ਅਤੇ ਸੋਲੋ ਸਿੰਗਲ ਬੰਦਾ ਹਾਂ। ਇਹ ਇਹ ਨਾ ਜਿਹੜੀ ਕਹਾਣੀ ਵੀ ਵਿਆਹਾਂ ਸੁਣਦੇ ਨਾ ਆਪਾਂ ਵੀ ਰਾਜੇ ਦੀਆਂ 100 ਰਾਣੀਆਂ ਸੀ, ਉਹ ਰਾਜਾ ਹੈ ਤੁਹਾਡਾ। ਹੁਣ ਸੱਚੀ ਦਿਲ ਇਹ ਤਾਂ ਨਹੀਂ ਕਰਦਾ ਕਿ ਯਾਰ ਨਹੀਂ ਜੇ ਕਿਤੇ ਮੈਂ ਵਿਆਹ ਕਰਾ ਲਿਆ ਤਾਂ ਇਹ ਚੀਜ਼ਾਂ ਬੰਦ ਹੋਣਗੀਆਂ, ਮੇਰੀ ਜਨਾਨੀ ਨੇ ਮੈਨੂੰ ਕਿਸੇ ਹੋਰ ਦੇ ਨੇੜੇ ਨਹੀਂ ਜਾਣ ਦੇਣਾ? ਪਰ ਮੈਨੂੰ ਸਿੰਗਲ ਲਾਈਫ ਚੰਗੀ ਲੱਗਦੀ ਹੈ ਬੇਸਿਕਲੀ। 25 ਸਾਲ ਦੇ ਨੀਅਰ ਅੰਦਰ ਬਾਹਰ ਵਿਆਹ ਹੋ ਜਾਣਾ ਚਾਹੀਦਾ। ਜਦੋਂ ਤੁਸੀਂ ਇੱਥੋਂ ਕ੍ਰੋਸ ਕਰ ਜਾਂਦੇ ਤਾਂ ਫਿਰ ਮੈਨੂੰ ਲੱਗਦਾ ਬੰਦਾ ਡਾਵਾਂ ਡੋਲ ਜਿਹਾ ਹੋ ਜਾਂਦਾ ਵੀ ਹੁਣ ਕੀ ਕਰੀਏ। ਐਕਚੁਅਲੀ ਨਾ ਬਹੁਤ ਬੰਦਿਆਂ ਨੇ ਵਿਆਹ ਕਰਾਉਣੇ, ਉਹਨਾਂ ਦਾ ਦਿਲ ਟੁੱਟ ਜਾਣਾ ਵੀ ਯਾਰ ਦਦਾਰ ਹੌਸਲਾ ਹਾਰ ਗਿਆ, ਤੈਨੂੰ ਕਰਾ ਲੈਣਾ ਚਾਹੀਦਾ, 45 ਸਾਲ ਕੋਈ ਜ਼ਿਆਦਾ ਨਹੀਂ ਹੁੰਦੀ। ਨਹੀਂ ਨਹੀਂ ਉਹ ਤਾਂ ਨਾ ਮੈਨੂੰ ਇੱਕ ਵਾਰੀ ਟੱਕਰਿਆ ਸੀ, ਉਹ ਪੜ੍ਹਿਆ ਲਿਖਿਆ ਨਾ ਪੜ੍ਹਿਆ ਲਿਖਿਆ ਕੀ ਕਹਿੰਦਾ, ਡਰਨਾ ਮੈਂ PhD ਕੁਛ ਨਹੀਂ ਕਹਿੰਦਾ, ਕਹਿੰਦਾ ਦਦਾਰ ਵੀ ਜਾਣਦਾ ਮੈਨੂੰ। ਲੋਕੀ ਫਿਲਮਾਂ 'ਚ ਵਿਆਹ ਵਾਲੀ ਜ਼ਿੰਦਗੀ ਯੂਜ਼ ਕਰਦੇ ਨੇ, ਬਾਈ ਆਪਣੀ ਰੀਲਾਂ 'ਚ ਵੀ ਚੱਕੀ ਫਿਰਦਾ ਕੰਮ ਦੀਦਾਰ ਬਾਈ ਪੂਰਾ, ਫੀਲਿੰਗ ਪੂਰੀ ਲਈ ਹੈ ਤਾਂ ਹੀ ਉਹ ਫੀਲਿੰਗ ਲੈ ਕੇ ਹੀ ਦਿਲ ਨਹੀਂ ਕਰਦਾ ਹੁਣ ਵਿਆਹ ਕਰਾਉਣ। ਨਹੀਂ ਬਸ ਰੀਲਾਂ ਵਾਲੇ ਵਿਆਹ ਵੀ ਆਪਾਂ ਗਿਣ ਲਈਏ, ਫਿਲਮਾਂ ਵਾਲੇ ਗਿਣ ਲਈਏ, ਤਾਂ ਮੇਰੇ ਫਿਰ ਨੀਅਰ 100+ ਸੈਂਚਰੀ ਕ੍ਰੋਸ ਹੋ ਗਈ ਵੀ ਵਿਆਹ, ਅਤੇ 100 ਕੀ ਜਿਹੜੀ ਗਰਲਫ੍ਰੈਂਡ ਨਾਲ ਰਿਲੇਟ ਉਹ ਬਣਾਈਆਂ ਨੇ ਵੀਡੀਓ ਉਹ, ਅਤੇ 100 ਕੁ ਵਿਆਹ, ਅਤੇ ਅਸਲੀ ਜ਼ਿੰਦਗੀ 'ਚ ਕੱਖ ਵੀ ਨਹੀਂ। ਅਸਲੀ ਜ਼ਿੰਦਗੀ ਮੈਂ ਛੜਾ ਛਾਣ ਅਤੇ ਸੋਲੋ ਸਿੰਗਲ ਬੰਦਾ ਹਾਂ, ਅਤੇ ਲੋਕਾਂ ਸਾਹਮਣੇ 100 ਦੇ ਹਿਸਾਬ ਨਾਲ ਗਰਲਫ੍ਰੈਂਡਾਂ ਨਾਲ ਵੀਡੀਓ ਬਣ ਗਈਆਂ, 100 ਦੇ ਹਿਸਾਬ ਨਾਲ ਰੀਲਾਂ 'ਚ ਵਿਆਹ ਹੋ ਗਏ। ਇਹ ਇਹ ਨਾ ਜਿਹੜੀ ਕਹਾਣੀ ਸੁਣਦੇ ਨਾ ਆਪਾਂ ਵੀ ਰਾਜੇ ਦੀਆਂ 100 ਰਾਣੀਆਂ ਸੀ, ਉਹ ਰਾਜਾ ਹੈ ਅੱਜ ਦੇ ਦੌਰ ਦਾ, ਉਹ ਰਾਜਾ ਬਾਈ ਤਾਂ ਹੀ ਦੇਖੋ ਚਿਹਰੇ ਤੇ ਹਾਸਾ ਹਰ ਗੱਲ ਤੇ, ਮਤਲਬ ਚਲੋ ਮਾਲਕ ਹੱਸਦਾ ਵਾਜ਼ਾ ਰੱਖੇ, ਪਰ ਕਹਿੰਦੇ ਨੇ ਨਾ ਇੱਕ ਵਿਆਹ ਨਾ ਕਰਾਉਣ ਤੇ ਜਿਹੜੀ ਮੁਸਕਾਨ ਹੁੰਦੀ ਹੈ ਨਾ ਉਹ ਅੱਡ ਹੀ ਹੁੰਦੀ ਆ ਬਾਈ। ਵੈਸੇ ਜਿਹੜੇ ਤੁਸੀਂ ਵਿਆਹ ਕਰਾ ਲਏ ਰੀਲਾ ਰੂਲਾ ਚ, ਹੈ ਨਾ ਜੀ, ਤੁਹਾਡਾ ਹੁਣ ਸੱਚੀ ਦਿਲ ਇਹ ਤਾਂ ਨਹੀਂ ਕਰਦਾ ਕਿ ਯਾਰ ਨਹੀਂ ਜੇ ਕਿਤੇ ਮੈਂ ਵਿਆਹ ਕਰਾ ਲਿਆ ਤਾਂ ਇਹ ਚੀਜ਼ਾਂ ਬੰਦ ਹੋਣਗੀਆਂ, ਮੇਰੀ ਜਨਾਨੀ ਨੇ ਮੈਨੂੰ ਕਿਸੇ ਹੋਰ ਦੇ ਨੇੜੇ ਨਹੀਂ ਜਾਣ ਦੇਣਾ? ਮੈਂ ਤਾਂ ਅੱਗੇ ਤੁਹਾਨੂੰ ਦੱਸਦੇ ਰਿਹਾ ਵੀ, ਪਰ ਮੈਨੂੰ ਇਹ ਸਿੰਗਲ ਲਾਈਫ ਵਧੀਆ ਲੱਗਦੀ, ਮਤਲਬ ਹੁਣ ਤੱਕ ਸਮਝ ਲਓ ਵੀ ਤਾਂ ਹੀ ਮੇਰੇ ਨਾਲ ਦੇ ਵਿਆਹ ਸਲਮਾਨ ਖਾਨ ਵੀ 50-52 ਸਾਲ ਦਾ ਹੋ ਗਿਆ ਪਰ ਨਜ਼ਾਰੇ ਪੂਰੇ ਲੈ ਰਹੇ ਹੋ। ਸਲਮਾਨ ਖਾਨ ਹੁਣਾਂ ਨੂੰ ਫੋਲੋ ਕਰਦਾ ਜਾਂ ਹੋਰ ਜਿਹਨਾਂ ਜਿਹਨਾਂ ਨੇ ਨਹੀਂ ਕਰਵਾਇਆ ਆਪਣੀ ਇੰਡਸਟਰੀ ਤੋਂ, ਕੁਛ ਪੰਜਾਬੀ ਤੋਂ ਨੇ, ਕੁਛ ਬਾਲੀਵੁੱਡ ਤੋਂ ਨੇ, ਸੋ ਮੈਨੂੰ ਸਿੰਗਲ ਲਾਈਫ ਚੰਗੀ ਲੱਗਦੀ ਹੈ ਬੇਸਿਕਲੀ। ਸੋ ਤਾਂ ਕਰਕੇ ਮਤਲਬ ਮੇਰਾ ਕਦੀ ਡਰ ਕਿਉਂ ਲੱਗਦਾ ਬਾਈ, ਮਤਲਬ ਕਿਹੜੀ ਚੀਜ਼ ਤੁਹਾਨੂੰ ਵਿਆਹ ਕਰਾਉਣ ਨਹੀਂ ਵਧੀਆ ਲੱਗਦੀ ਕਿ ਵਿਆਹ ਕਰਾ ਕੇ ਇਹ ਚੀਜ਼ ਹੋ ਜੂਗੀ? ਦਿਲ ਦੀ ਭਾਵਨਾ ਸੱਚ ਦੱਸਿਓ, ਕੋਈ ਚੱਕਰ ਨਹੀਂ ਗਾ। ਮੈਨੂੰ ਐਂ ਲੱਗਦਾ ਵੀ ਜਿੱਦਾਂ ਨਾ ਸਹੀ ਜੀ ਉਮਰ ਹੁੰਦੀ ਆ ਵਿਆਹ ਦੀ, ਜਿੱਦਾਂ ਹੁਣ ਸਾਡੀ ਉਮਰ ਹੁੰਦੀ ਹੈ ਸਹੀ, ਸਾਡੀ ਇਹਦੀ ਹਾਲੇ ਹੈ ਨਹੀਂ, 2-3 ਸਾਲ ਤੱਕ ਇਹਦਾ ਹੋ ਜਾਣਾ ਚਾਹੀਦਾ। 25 ਸਾਲ ਦੀ ਉਮਰ 'ਚ ਹਾਲੇ ਛੋਟਾ, ਫਿਲਮ 'ਚ ਜੱਟ ਨੂੰ ਚੜੇਲ ਟੱਕਰੀ 'ਚ ਭਾਜੀ ਦਾ ਵਿਆਹ ਹੋ ਗਿਆ ਹਨਾ,
ਤੇ ਸਾਡੇ ਇਹ ਵਿਖਾਇਆ ਵੀ ਪਹਿਲਾਂ ਹੀ ਹੋਏ ਸੀਗੇ, ਮਤਲਬ ਸਹੀ ਉਮਰ ਇੰਨੀ ਕੀ ਆ, 25 ਸਾਲ ਦੇ ਨੀਅਰ ਅੰਦਰ ਬਾਹਰ ਵਿਆਹ ਹੋ ਜਾਣਾ ਚਾਹੀਦਾ। ਜਦੋਂ ਤੁਸੀਂ ਇੱਥੋਂ ਕ੍ਰੋਸ ਕਰ ਜਾਂਦੇ ਜੇ ਤੇ ਫਿਰ ਮੈਨੂੰ ਲੱਗਦਾ ਬੰਦਾ ਡਾਵਾਡੋਲ ਜਿਹਾ ਹੋ ਜਾਂਦਾ ਵੀ ਹੁਣ ਕੀ ਕਰੀਏ। ਐਕਚੁਅਲੀ ਨਾ ਬਹੁਤ ਬੰਦਿਆਂ ਨੇ ਵਿਆਹ ਕਰਾਉਣੇ, ਉਹਨਾਂ ਦਾ ਦਿਲ ਟੁੱਟ ਜਾਣਾ ਵੀ ਯਾਰ ਦਦਾਰ ਹੌਸਲਾ ਹਾਰ ਗਿਆ, ਤੈਨੂੰ ਕਰਾ ਲੈਣਾ ਚਾਹੀਦਾ, 45 ਸਾਲ ਕੋਈ ਜ਼ਿਆਦਾ ਨਹੀਂ ਹੁੰਦੀ। ਹਾਂ ਤੈਨੂੰ ਦੇਖ ਕੇ ਉਹਨਾਂ ਦਾ ਹੌਸਲਾ ਟੁੱਟਦਾ ਯਾਰ, ਕਹਿੰਦਾ ਦਦਾਰ ਹੱਥ ਖੜੇ ਕਰ ਗਿਆ ਅਸੀਂ ਕੀ ਕਰਾਂਗੇ।